ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਤੇ ਪੁਲਿਸ ਨੇ ਬੈਟਿੰਗ ਐਪ ਜ਼ਰੀਏ ਸੱਟਾ ਲਗਵਾ ਸਟਾਕ ਐਕਸਚੇਂਜ ਦੀਆਂ ਅੱਡਿਆਂ ਦੇ ਜ਼ਰੀਏ ਪੋਲੇ ਪਾਲੇ ਲੋਕਾਂ ਨੂੰ ਠੱਗਣ ਵਾਲੇ 5 ਆਰੋਪੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਹਨਾਂ ਪਾਸੋਂ 1,37,985 ਦੀ ਨਗਦੀ ਅਤੇ 19 ਮੋਬਾਈਲ ਫੋਨ, 5 ਲੈਪਟਾਪ ਅਤੇ 1 ਕੰਪਿਊਟਰ, 2 ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਬਰਾਮਦ ਕੀਤੀਆਂ ਨੇ। ਉਧਰ ਇਸ ਬਾਬਤ ਜੁਆਇੰਟ ਕਮਿਸ਼ਨਰ ਸੋਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ ਅਤੇ ਕਿਹਾ ਹੈ ਕਿ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਤੇ ਇਸ ਨੂੰ ਲੈ ਕੇ ਜਾਂਚ ਵੀ ਜਾਰੀ ਕਰ ਦਿੱਤੀ ਗਈ ਹੈ। 24 ਕੋ ਲੁਧਿਆਣਾ ਕਮਿਸ਼ਨਰੇਟ ਦੀ ਡਿਵੀਜ਼ਨ ਨੰਬਰ 8 ਥਾਣੇ ਵਿੱਚ ਸਾਨੂੰ ਇੱਕ ਇਨਪੁਟ ਮਿਲਿਆ ਸੀ ਗੈਮਬਲਿੰਗ ਤੇ ਬੈਟਿੰਗ ਨੂੰ ਲੈ ਕੇ। ADCP ਜਸਰੂਪ ਨੇ ਉਹਦੇ ਵਿੱਚ ਲੀਡ ਲੈ ਕੇ ਵੱਖ ਵੱਖ ਟੀਮੇ ਬਣਾਈ, ਉਹਦੀ ਪਲਾਨਿੰਗ ਕੀਤੀ ਤੇ ਅਲੱਗ ਅਲੱਗ ਜਗ੍ਹਾ ਤੇ ਸਾਈਮਲਟੇਨੀਅਸਲੀ ਰੇਡ ਕਰਵਾਈ। ਉਸ ਰੇਡ ਦੌਰਾਨ 5 ਲੋਕ ਗ੍ਰਿਫਤਾਰ ਹੋਏ, ਜਿਨਮੇ ਸੇ 4 ਲੋਕ 40 ਸਾਲ ਦੇ ਉੱਪਰ ਹੈ ਤੇ 1 ਬੰਦਾ 30 ਸਾਲ ਦੇ ਨੀਚੇ ਨੇ। ਔਰ ਸਾਥ ਹੀ ਸਾਥ ਕਾਫੀ ਭਾਰੀ ਮਾਤਰਾ 'ਚ ਅਮਾਊਂਟ ਦੀ ਰਿਕਵਰੀ ਵੀ ਹੋਈ ਹੈ। ਟੋਟਲ 1,94,37,985 ਰੁਪਏ ਬਰਾਮਦ ਹੋਏ ਹੈ। ਨਾਲ ਨਾਲ ਤੇ 19 ਮੋਬਾਈਲ ਫੋਨ, 5 ਲੈਪਟਾਪ, 1 ਕੰਪਿਊਟਰ ਸੈੱਟ ਤੇ ਨੋਟ ਗਿਣਨੇ ਵਾਲੀ 2 ਮਸ਼ੀਨੇ ਵੀ। ਇਹ ਜਿਹੜੇ ਬੰਦੇ ਸੀਗੇ ਇਹ ਆਨਲਾਈਨ ਗੇਮਿੰਗ ਤੇ ਬੈਟਿੰਗ ਦੇ ਵਿੱਚ ਇਨਵੋਲਵ ਸੀਗੇ। ਇਹ ਜਿਹੜੀ ਧਾਰਾਏ ਲਗਾਈ ਗਈ ਹੈ ਉਹਦੇ ਵਿੱਚ 420 ਤੇ 120 ਵੀ IPC ਦੀ ਤੇ ਸੈਕਸ਼ਨ 13 ਐਂਡ 33 ਆਫ ਪੰਜਾਬ ਗੈਮਬਲਿੰਗ ਐਕਟ 1867 ਦੇ ਵੀ ਯੂਸੇਜ ਕੀਤਾ ਗਿਆ ਹੈ। ਇਹ ਬੰਦੋ ਦੇ 2 MO ਸੀਗੇ। ਨੰਬਰ 1, ਇਹ ਇਲੀਗਲ ਟ੍ਰੇਡਿੰਗ ਕਰਦੇ ਸੀਗੇ। ਇਹ ਜਿਹੜੇ ਆਪਣੇ ਇਹਨਾਂ ਦੇ ਕਲਾਇੰਟਸ ਥੇ ਉਨਸੇ ਪੈਸਾ ਲੈਂਦੇ ਸੀਗੇ, ਕਭੀ ਕਭੀ ਕੱਚੇ ਦਾ ਵੀ ਪੈਸਾ ਲੈਂਦੇ ਸੀਗੇ, ਉਹਨੂੰ ਇਨਵੈਸਟ ਕਰਦੇ ਸੀਗੇ ਔਰ ਜੋ ਪ੍ਰੋਫਿਟ ਆਉਂਦਾ ਸੀਗਾ ਉਹ ਉਹਨੂੰ ਦਿੰਦੇ ਸੀਗੇ ਤੇ ਲਾਸ ਉਨ੍ਹਾਂ ਆਪਣੇ ਪਾਸ ਰੱਖ ਲੈਂਦੇ ਸੀਗੇ। ਇਹ ਜਿਹੜਾ ਸਾਰਾ ਪੈਸਾ ਹੈ ਇਸਕਾ ਨਾ ਹੀ ਕੋਈ ਆਡਿਟ ਟ੍ਰੇਲ ਹੁੰਦਾ ਸੀਗਾ ਔਰ ਇਹ ਹਰ ਤਰ੍ਹਾਂ ਦੇ ਪੋਸੀਬਲ ਟੈਕਸ ਐਗਜ਼ੈਂਪਸ਼ਨਸ ਵੀ ਕਰਦੇ ਸੀਗੇ। ਇਸੇ ਸਰਕਾਰ ਨੂੰ ਵੀ ਨੁਕਸਾਨ ਹੁੰਦਾ ਸੀਗਾ ਔਰ ਨਾਲ ਹੀ ਨਾਲ ਜਿਹੜੇ ਕਲਾਇੰਟਸ ਥੇ ਉਹਨੂੰ ਵੀ ਨਹੀਂ ਪਤਾ ਰਹਿੰਦਾ ਸੀਗਾ ਕਿ ਉਹਨਾਂ ਦੇ ਨਾਲ ਘਪਲਾ ਕਰ ਰਹੇ ਨੇ। ਇਸਕੇ ਸਾਥ ਇਹ ਵਟਸਐਪ ਗਰੁੱਪਸ ਮੇ ਜਿਹੜੇ ਕ੍ਰਿਕਟ ਹੋਤੇ, ਕ੍ਰਿਕਟ ਦੇ ਮੈਚਸ ਚਲਤੇ ਤੇ ਉਸ ਦੌਰਾਨ ਵੀ ਆਨਲਾਈਨ ਬੈਟਿੰਗ ਕਰਦੇ ਸੀਗੇ। ਕਈ ਤਰ੍ਹਾਂ ਦੀ ਇਹਨਾਂ ਦੇ ਕੋਲ ਉਹ ਹੈ ਵੈਬਸਾਈਟਸ ਹੈਗੀ, ਜਿਵੇਂ ਡਾਇਮੰਡ ਐਕਸਚੇਂਜ ਹੋ ਗਿਆ, ਡਾਇਮੰਡ 808 ਹੋ ਗਿਆ। ਇਹ ਉਨਕੇ ਯੂਜ਼ਰ ਨੇਮ ਤੇ ਪਾਸਵਰਡ ID ਬਣਾਉਂਦੇ ਸੀਗੇ ਔਰ ਜਿਹੜੇ ਬੰਦੇ ਹੋਤੇ ਹੋਗੇ ਉਹਨੂੰ ਬੰਦੇ ਥੇ ਜਿਹੜੇ ਇਨਕੇ ਕਲਾਇੰਟਸ ਥੇ ਉਹਨੂੰ ਦਿੰਦੇ ਸੀਗੇ ਕੁਛ ਪੈਸੇ ਮੇ। ਉਹ ਪੈਸੇ ਇਹਨਾਂ ਦੀ ਲਿਮਿਟ ਆਉਂਦੀ ਸੀਗੀ, ਉਹਦੇ ਬਾਅਦ ਇਹ ਉਸਕੇ ਡੈਸ਼ਬੋਰਡ 'ਚ ਐਂਟਰੀ ਕਰਕੇ ਯੂਜ਼ਰ ਨੇਮ ਅਤੇ ਪਾਸਵਰਡ ID ਦੇ ਵਿੱਚ ਜਾ ਕੇ ਉਹ ਕਲਾਇੰਟਸ ਆਨਲਾਈਨ ਬੈਟਿੰਗ ਕਰਦੇ ਸੀਗੇ ਜੋ ਟੋਟਲੀ ਇਲੀਗਲ ਨੇ। ਟੋਟਲ 5 ਬੰਦੇ ਫੜੇ ਗਏ ਹੈ, ਇਨਮੇ ਸੇ 2 10ਵੀਂ ਪਾਸ ਹੈ, 1 12ਵੀਂ ਪਾਸ ਹੈ ਅਤੇ 2 ਨੇ BCOM ਵੀ ਕੀਤਾ ਹੈ। ਇਹ ਸਾਰੇ ਲੁਧਿਆਣਾ ਬੇਸਡ ਬੰਦੇ ਹੀ ਹੈ। ਹੁਣ ਇਹਨਾਂ ਦੇ ਜੋ ਬਾਕੀ ਲਿੰਕੇਜਸ ਹੈ ਉਹ ਵੀ ਅਭੀ ਅਸੀਂ ਪਤਾ ਕਰ ਰਹੇ ਨੇ। ਨਾਲ ਨਾਲ ਤੇ ਜਿਹੜੀ ਇਸਮੇ ਬਾਕੀ ਤਰ੍ਹਾਂ ਦੇ ਇਹਨਾਂ ਨੇ ਟੈਕਸ ਐਗਜ਼ੈਂਪਸ਼ਨਸ ਕੀ ਹੈ ਜਾਂ ਫਰੋਡ ਕੀ ਹੈ, ਜੋ ਵੀ ਅਨਕੰਪੀਟੈਂਟ ਅਥਾਰਿਟੀ ਹੈ ਜੋ ਸਟਾਕ ਐਕਸਚੇਂਜ ਰਿਲੇਟਡ ਜਾਂ ਆਨਲਾਈਨ ਰਿਲੇਟਡ ਕੰਮ ਕਰਦੇ ਨੇ, ਜਿਹੜੀ ਸਾਈਬਰ ਟੀਮ ਅਤੇ ਫੋਰੈਂਸਿਕ ਟੀਮ ਹੈ, ਉਹ ਸਾਰੇ ਵੀ ਅਸੀਂ ਰਿਪੋਰਟਸ ਦੇ ਰਹੇ ਹਾਂ ਅਤੇ ਉਹਨਾਂ ਨੂੰ ਵੀ ਲਿਖ ਰਹੇ ਹੈ ਜੋ ਵੀ ਵਾਜਿਬ ਐਕਸ਼ਨ ਹੈ ਉਹਨੂੰ ਲੈਣ ਵਾਸਤੇ। ਜਿਹੜਾ ਕੈਸ਼ ਹੈ ਜੀ ਇੱਕੋ ਜਗ੍ਹਾ ਤੋਂ ਮਿਲੇ ਜੀ, ਅਲੱਗ ਅਲੱਗ ਜਗ੍ਹਾ ਨਹੀਂ, ਵੱਖ ਵੱਖ ਜਗ੍ਹਾ 'ਤੇ ਮਿਲਾ ਹੈ। ਇਸਮੇ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ, ਸਾਡੀ ADCP ਜਸਰੂਪ ਕੌਰ ਬਾਟ, SHO ਡਿਵੀਜ਼ਨ ਨੰਬਰ 8 ਵਿਜੇ ਜੀ ਨੇ ਪੂਰੀ ਤਰ੍ਹਾਂ ਸੇ ਇਸਕੀ ਮੈਟੀਕੁਲਸ ਪਲਾਨਿੰਗ ਕੀ, ਇਨਪੁਟ ਮਿਲਦੇ ਹੀ ਅਲੱਗ ਅਲੱਗ ਟੀਮੇ ਬਣਾਈ, ਅਲੱਗ ਅਲੱਗ ਜਗ੍ਹਾ ਰੇਡ ਹੋਈ ਔਰ ਸਭ ਦੀ ਅਲੱਗ ਅਲੱਗ ਜਗ੍ਹਾ ਸੇ ਰਿਕਵਰੀ ਹੋਈ ਹੈ। ਇਹ ਸਾਰੇ ਇੱਕ ਹੀ ਆਫਿਸ 'ਚ ਸੀਗੇ ਜੀ? ਨਹੀਂ ਜੀ, ਇਹ ਵੱਖ ਵੱਖ ਆਫਿਸ 'ਚ ਸੀਗੇ। ਨਹੀਂ, ਆਫਿਸ ਇੱਕੋ ਹੀ ਰੋਜ਼ਗਾਰ ਦੀ ਮਾਰਕੀਟ 'ਚ? ਨਹੀਂ ਨਹੀਂ ਨਹੀਂ, ਇਹਨਾਂ ਦੀ ਆਫਿਸ ਅਲੱਗ ਅਲੱਗ ਜਗ੍ਹਾ 'ਤੇ ਸੀਗੇ। ਸਾਈਮਲਟੇਨੀਅਸਲੀ ਜਿਹੜੀ 4 ਰੇਡ ਸਕਸੈਸਫੁਲ ਹੋਈ ਹੈ ਉਹ ਵੱਖਰੀ ਵੱਖ ਵੱਖ ਜਗ੍ਹਾ 'ਤੇ ਸੀਗੀ ਕਿ ਬਾਹਰ ਕੰਮ ਕਰ ਰਹੇ ਸੀਗੇ, ਫਿਰੋਜ਼ਗਾਰ ਦੀ ਮਾਰਕੀਟ ਦੇ ਵੀ ਅੰਦਰ ਨਹੀਂ, ਉਹਦੇ ਬਾਹਰ ਸੀਗੇ। ਪਹਿਲਾਂ ਵੀ ਕੋਈ ਪਰਚਾ ਦਰਜ ਹੈਗਾ ਨਹੀਂ ਇਹਨਾਂ ਦੇ? ਇਹ ਜਿਹੜੇ 5 ਬੰਦੇ ਇਨਕੇ ਉੱਪਰ ਪਹਿਲੇ ਕੋਈ ਵੀ ਪਰਚਾ ਦਰਜ ਨਹੀਂ ਹੈ, ਹੁਣ ਤੱਕ ਤੇ ਇਹੀ ਪਤਾ ਚੱਲਿਆ ਹੈ। ਠੀਕ ਹੈ ਮੈਮ, ਥੈਂਕ ਯੂ। ਅਸੇ ਤੇ 2 ਨੇ BCOM ਕੀਤਾ ਹੈ ਬਾਈ ਨੇਮ, ਬਿਲਕੁਲ ਆਪ ਨੂੰ ਇਹ ਦਿੱਤਾ ਗਿਆ ਹੈ। ਦੱਸ ਦਿੰਦੇ ਕੋਈ ਨਾ, ਤੁਹਾਨੂੰ ਦੱਸ ਦਿੰਦੇ ਹੈ ਨਾ। ਨੰਬਰ 1 ਤੇ ਨੰਬਰ 3 10ਵੀਂ ਪਾਸ ਹੈ, 2 ਤੇ 4 BCOM ਹੈ ਨਾ, 3rd ਵਾਲਾ ਸੌਰੀ 12th ਪਾਸ ਨੇ ਤੇ ਲਾਸਟ ਵਾਲਾ ਵੀ 10th ਪਾਸ ਨੇ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।